ਇੱਕ ਪਾਸੇ ਜਿੱਥੇ ਗੁਰੂ ਨਾਨਕ ਦੇਵ ਜੀ ਦੇ 550ਵੇਂ ਪ੍ਰਕਾਸ਼ ਪੁਰਬ ਨੂੰ ਲੈ ਕੇ ਸ਼੍ਰੀ ਕਰਤਾਰਪੁਰ ਸਾਹਿਬ ਲਾਂਘਾ ਖੋਲ੍ਹਣ ਦੀਆਂ ਤਿਆਰੀਆਂ ਚੱਲ ਰਹੀਆਂ ਨੇ, ਉੱਥੇ ਹੀ ਪਾਕਿਸਤਾਨ ਦੇ ਲਹਿੰਦੇ ਪੰਜਾਬ ਵਿੱਚ ਕੁਝ ਸ਼ਰਾਰਤੀ ਅਨਸਰਾਂ ਵੱਲੋਂ ਸਦੀਆਂ ਪੁਰਾਣੀ ਇਤਿਹਾਸਕ ਇਮਾਰਤ ਗੁਰੂ ਨਾਨਕ ਦਰਬਾਰ ਨੂੰ ਢਾਹ ਦੇਣ ਦੀ ਖਬਰ ਸਾਹਮਣੇ ਆਈ ਹੈ। ਇਹੀ ਨਹੀਂ, ਇਨ੍ਹਾਂ ਸ਼ਰਾਰਤੀ ਅਨਸਰਾਂ ਨੇ ਇਮਾਰਤ ਦੇ ਕੀਮਤੀ ਦਰਵਾਜ਼ੇ ਤੇ ਖਿੜਕੀਆਂ ਨੂੰ ਵੀ ਵੇਚ ਦਿੱਤਾ। ਦੱਸਿਆ ਜਾਂਦਾ ਹੈ ਕਿ ਇਸ ਇਤਿਹਾਸਕ ਇਮਾਰਤ ਦੀਆਂ ਕੰਧਾਂ ਤੇ ਸ਼੍ਰੀ ਗੁਰੂ ਨਾਨਕ ਦੇਵ ਜੀ ਤੇ ਵੱਖ ਵੱਖ ਹਿੰਦੂ ਰਾਜਿਆਂ ਦੇ ਚਿੱਤਰ ਬਣੇ ਹੋਏ ਸਨ। ਉੱਥੇ ਇਸ ਇਮਾਰਤ ਨੂੰ ਢਾਏ ਜਾਣ ਨੂੰ ਲੈ ਕੇ ਸਿੱਖ ਜਗਤ ਵਿੱਚ ਖਾਸਾ ਰੋਸ ਪਾਇਆ ਜਾ ਰਿਹਾ। ਕੇਂਦਰੀ ਮੰਤਰੀ ਹਰਸਿਮਰਤ ਕੌਰ ਬਾਦਲ ਨੇ ਟਵੀਟ ਕਰਕੇ ਜਿੱਥੇ ਦੁੱਖ ਜਤਾਇਆ, ਉੱਥੇ ਪੀਐਮ ਮੋਦੀ ਤੋਂ ਮੰਗ ਕੀਤੀ ਹੈ ਕਿ ਇਸ ਮੁੱਦੇ ਨੂੰ ਗੰਭੀਰਤਾ ਨਾਲ ਪਾਕਿਸਤਾਨ ਦੇ ਪੀਐਮ ਇਮਰਾਨ ਖਾਨ ਕੋਲ ਚੁੱਕਿਆ ਜਾਵੇ। ਉੱਥੇ ਡੀਐਸਜੀਐਮਸੀ ਦੇ ਪ੍ਰਧਾਨ ਮਨਜਿੰਦਰ ਸਿੰਘ ਸਿਰਸਾ ਨੇ ਵੀ ਇਸ ਘਟਨਾ ਦੀ ਨਿੰਦਾ ਕੀਤੀ ਹੈ। ਨਾਲ ਹੀ ਨਾਲ ਐਸਜੀਪੀਸੀ ਦੇ ਪ੍ਰਧਾਨ ਭਾਈ ਗੋਬਿੰਦ ਸਿੰਘ ਲੌਂਗੋਵਾਲ ਨੇ ਵੀ ਸੰਬੰਧੀ ਸਖ਼ਤ ਨੋਟਿਸ ਲਿਆ। देखिए, ये एक पैलेस था जो गुरु नानक देव जी से संबंधित था और ये हिस्टोरिकल जगह है। मुझे अफसोस इस बात का है कि वहां के डिप्टी कमिश्नर तक को ये पता नहीं है कि गुरु नानक देव जी की चरण शो इतनी इम्पोर्टेंस है, जिसकी दुनिया के स्कॉलर्स ने आके, हिस्टोरियंस ने आके इस जगह को विजिट किया। लगातार इस जगह को रिस्टोर करने की बात चलती रही। पाकिस्तान की ईटीबी बोर्ड को हम भी जाकर मिले थे, तब भी उन्होंने श्योर किया था हम इसको रिस्टोर करेंगे। हम रिस्टोर करने के लिए जो रिक्वायर्ड फंड्स हैं वो भी हमने गवर्नमेंट को लिखे हैं, तब उन्होंने हमें बताया। आज बड़ा शॉकिंग आया कि उसका पार्ट, एक पार्ट भी उसको डिमोलिश ही कर दिया गया है। अभी जब हमने वहां से जानकारी लेने की कोशिश की अपने लोगों से, तो उन्होंने कहा कि जब वो डिप्टी कमिश्नर से बातचीत करे तो डीसी कह रहे मुझे तो पता तक नहीं है। 550 साल हम गुरु नानक देव जी का प्रकाश पर्व मना रहे हैं। पाकिस्तान ने एश्योर किया कि वो लांगा भी खुलेगा और उस वक्त हमें सभी गुरु घरों के दर्शन कराने में हमारा साथ देगा। जिस जगह पर जाके देश और दुनिया के लोग सीध निभाते थे, उस दर्शनों के लिए जाते थे, उस जगह तक को खत्म कर दिया गया। ये बहुत दुखदायी है। पाकिस्तान की सरकार को दुनिया भर से तो पहले माफी मांगनी चाहिए, इसको रिस्टोर करने के लिए आज से ही अपना प्लान बताना चाहिए, और जिन लोगों ने इसके ऊपर ये कार्रवाई की है उनके ऊपर सख्त कार्रवाई होनी चाहिए। सख्त मुकदमा दर्ज होकर एक सबक सिखाना चाहिए। ये एक गुरु की बात नहीं, गुरु नानक देव जगत गुरु थे और सभी धर्मों का सत्कार होना चाहिए। पाकिस्तान की ये सबसे बड़ी चिंता और प्रॉब्लम है, वहां पे माइनॉरिटीज की कोई अहमियत नहीं है। पाकिस्तान में केवल एक ही धर्म की बात की जाती है, बाकी धर्मों के लोगों के ऊपर बार बार हमला किया जाता है, जो बड़ा दुखदायी है। देखो, ये बहुत दुखदायी खबर है कि गुरु नानक साहब के नाल संबंधित गुरु नानक महल जिहड़ा विरासती इमारत सी पाकिस्तान के नरोल डिस्ट्रिक्ट उन्हू कल गिरा दिता गया। एक खबर भी जिहड़ी आ पाकिस्तान की प्रसिद्ध अखबार डान दे विच लगी है। डान दे अखबार के हवाले नाल ही उन्होंने कहा कि यह इमारत जिहड़ी कि आकाश बोर्ड की सी, इहनू इहदियां खिड़कियां, इहदे दरवाजे जिहड़े कि बहुत कीमती सी, उन्हां नू भी वेच दिता गया। ਇਹ ਬਹੁਤ ਹੀ ਦੁਖਦਾਈ ਖਬਰ ਹੈ, ਇਸ ਕਰਕੇ ਕਿਉਂਕਿ ਪਾਕਿਸਤਾਨ ਦੇ ਨਾਲ, ਪਾਕਿਸਤਾਨ ਪਹਿਲਾਂ ਭਾਰਤ ਦਾ ਹਿੱਸਾ ਸੀ, ਪਾਕਿਸਤਾਨ ਦੇ ਨਾਲ ਸਾਡੀਆਂ ਸੱਭਿਆਚਾਰਕ ਵਿਰਾਸਤੀ ਭਾਸ਼ਾਈ ਸਾਂਝਾਂ ਨੇ ਅਤੇ ਸਾਡਾ ਵਿਰਸਾ ਇੱਕ ਹੋਣ ਕਰਕੇ ਜਿਹੜੀ ਵਿਰਾਸਤੀ ਇਮਾਰਤ ਦਾ ਡਿੱਗਣਾ ਵਾ, ਇਹ ਬਹੁਤ ਦੁਖਦਾਈ ਹੈ। ਸਮੁੱਚੇ ਵਿਸ਼ਵ ਦੇ ਵਿੱਚ ਸਿੱਖਾਂ ਨੂੰ ਇਹ ਖਬਰ ਸੁਣ ਕੇ ਦੁੱਖ ਪਹੁੰਚਿਆ ਵਾ। ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਪ੍ਰਧਾਨ ਸਾਹਿਬ ਵੱਲੋਂ ਵੀ ਇਸ 'ਤੇ ਗਹਿਰੇ ਦੁੱਖ ਦਾ ਇਜ਼ਹਾਰ ਕੀਤਾ ਗਿਆ ਵਾ ਅਤੇ ਪਾਕਿਸਤਾਨ ਸਰਕਾਰ ਨੂੰ ਲਿਖਿਆ ਵੀ ਜਾ ਰਿਹਾ। ਪਰ ਕਿਉਂਕਿ ਇਹ ਇਮਾਰਤ ਜਿਸ ਤਰ੍ਹਾਂ ਤਸਵੀਰਾਂ 'ਚ ਦਿਖਾਈ ਦੇ ਰਹੀ ਆ, ਇਹ ਬਿਲਕੁਲ ਗਿਰਾ ਦਿੱਤੀ ਗਈ ਹੈ। 4 ਮੰਜ਼ਲੀ ਇਮਾਰਤ ਸੀ ਅਤੇ ਇਹਦਾ ਬਹੁਤ ਨੁਕਸਾਨ ਕਰ ਦਿੱਤਾ ਗਿਆ। ਭਾਵੇਂ ਕਿ ਡੀ ਸੀ ਦੀ ਸਟੇਟਮੈਂਟ ਅਨੁਸਾਰ, ਨਾਰੋਵਾਲ ਦੇ ਡੀ ਸੀ ਦੇ ਅਨੁਸਾਰ ਇਹਨੂੰ ਰੋਕ ਦਿੱਤਾ ਗਿਆ, ਪਰ ਉਹ ਨੁਕਸਾਨੀ ਗਈ ਹੈ ਇਮਾਰਤ। ਇਸ ਸਮੇਂ ਜਦੋਂ ਕਿ
ਕਰਤਾਰਪੁਰ ਸਾਹਿਬ ਦੇ ਲਾਂਘੇ ਦੀ ਗੱਲ ਚੱਲ ਰਹੀ ਆ, ਕਰਤਾਰਪੁਰ ਸਾਹਿਬ ਦੀ ਡਿਵੈਲਪਮੈਂਟ ਦੀ ਗੱਲ ਚੱਲ ਰਹੀ ਆ, ਭਾਰਤ ਵੱਲੋਂ ਵੀ ਲਾਂਘੇ ਲਈ ਕਾਰਜ ਹੋ ਰਹੇ ਨੇ, ਪਾਕਿਸਤਾਨ ਵੱਲੋਂ ਵੀ ਹੋ ਰਹੇ ਨੇ, ਇਸ ਸਮੇਂ 'ਤੇ ਇਹ ਘਟਨਾ ਦਾ ਵਾਪਰਨਾ ਇਹ ਬਹੁਤ ਹੀ ਦੁਖਦਾਈ ਆ। ਅਸੀਂ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਵੱਲੋਂ ਇਸ 'ਤੇ ਡੂੰਘੇ ਦੁੱਖ ਦਾ ਇਜ਼ਹਾਰ ਵੀ ਕਰਦੇ ਹਾਂ ਅਤੇ ਪਾਕਿਸਤਾਨ ਸਰਕਾਰ ਨੂੰ ਬੇਨਤੀ ਵੀ ਕਰਦੇ ਹਾਂ ਕਿ ਪਾਕਿਸਤਾਨ ਦੇ ਵਿੱਚ ਜਿਹੜੀਆਂ ਵਿਰਾਸਤੀ ਇਮਾਰਤਾਂ ਨੇ ਉਹਨਾਂ ਦੀ ਸਾਂਭ ਸੰਭਾਲ ਕਰਨੀ ਪਾਕਿਸਤਾਨ ਸਰਕਾਰ ਦੀ ਜ਼ਿੰਮੇਵਾਰੀ ਵੀ ਆ, ਅਤੇ ਖਾਸ ਕਰਕੇ ਗੁਰੂ ਨਾਨਕ ਸਾਹਿਬ ਦੇ ਨਾਲ ਸੰਬੰਧਿਤ ਜਿਹੜੀਆਂ ਅਸੀਂ 550 ਸਾਲਾਂ ਮਨਾ ਰਹੇ ਹਾਂ, ਉਸ ਸਮੇਂ ਇਸ ਇਮਾਰਤ ਦਾ ਡਿੱਗਣਾ ਬਹੁਤ ਹੀ ਨੁਕਸਾਨਦਾਇਕ। ਦੱਸ ਦਈਏ ਕਿ ਪੈਲੇਸ ਆਫ ਗੁਰੂ ਨਾਨਕ ਨੂੰ 4 ਸਦੀਆਂ ਪਹਿਲਾਂ ਪੁਰਾਣੀਆਂ ਇੱਟਾਂ, ਮਿੱਟੀ ਤੇ ਚੂਨੇ ਨਾਲ ਉਸਾਰਿਆ ਗਿਆ ਸੀ। ਇਸ ਇਮਾਰਤ ਵਿੱਚ ਕੁੱਲ 16 ਕਮਰੇ ਨੇ ਤੇ ਕਮਰੇ ਦੇ 3-3 ਦਰਵਾਜ਼ੇ ਸਨ। ਕਮਰਿਆਂ ਵਿੱਚ ਦਿਆਰ ਦੀ ਮਹਿੰਗੀ ਲੱਕੜ ਨਾਲ ਉਸਾਰੀ ਗਈ ਛੱਤ ਵੀ ਸੀ ਤੇ ਛੋਟੀ ਲਾਲਟੇਨ ਲਾਉਣ ਦਾ ਵੀ ਪ੍ਰਬੰਧ ਸੀ। ਗੁਰੂ ਨਾਨਕ ਦਰਬਾਰ ਨਾਰੋਵਾਲ ਜ਼ਿਲ੍ਹੇ ਵਿੱਚ ਬਣਿਆ ਹੋਇਆ ਸੀ। ਇਹ ਉਹੀ ਜ਼ਿਲ੍ਹਾ ਹੈ ਜਿੱਥੇ ਕਰਤਾਰਪੁਰ ਸਾਹਿਬ ਦਾ ਇਤਿਹਾਸਿਕ ਗੁਰਦੁਆਰਾ ਸਾਹਿਬ ਵੀ ਬਣਿਆ ਹੋਇਆ। ਸਥਾਨਕ ਲੋਕਾਂ ਨੇ ਕਿਹਾ ਕਿ ਇਹ ਇਮਾਰਤ ਵਕਫ ਬੋਰਡ ਦੇ ਅਧੀਨ ਆਉਂਦੀ ਸੀ, ਪਰ ਵਿਭਾਗ ਦੀ ਨਲਾਇਕੀ ਕਰਕੇ ਕੁਝ ਵਿਅਕਤੀਆਂ ਨੇ ਇਸ ਦੇ ਇੱਕ ਭਾਗ ਨੂੰ ਢਾ ਦਿੱਤਾ। ਪਿੱਛੇ ਜੇ ਕੈਨੇਡਾ ਤੋਂ ਇੱਕ ਵਫਦ ਨੇ ਇਸ ਇਮਾਰਤ ਨੂੰ ਦੇਖ ਕੇ ਕਿਹਾ ਸੀ ਕਿ ਉਹਨਾਂ ਨੂੰ ਜਿਵੇਂ ਖਜ਼ਾਨਾ ਹੀ ਲੱਭ ਗਿਆ ਹੋਵੇ। ਉਧਰ ਨਾਰੋਵਾਲ ਦੇ ਡਿਪਟੀ ਕਮਿਸ਼ਨਰ ਵਾਹਿਦ ਅਸਗਰ ਨੇ ਦੱਸਿਆ ਕਿ ਇਸ ਇਮਾਰਤ ਦੇ ਵੇਰਵੇ ਮਾਲ ਵਿਭਾਗ ਕੋਲ ਦਰਜ ਨਹੀਂ ਨੇ ਅਤੇ ਰਿਕਾਰਡ ਮੁਤਾਬਕ ਇਹ ਕੋਈ ਇਤਿਹਾਸਕ ਇਮਾਰਤ ਵੀ ਨਹੀਂ ਹੈ, ਪਰ ਉਹ ਰਿਕਾਰਡ ਜਾਂਚ ਰਹੇ ਨੇ ਤੇ ਜੇਕਰ ਇਹ ਥਾਂ ਵਕਫ ਬੋਰਡ ਦੀ ਜਾਇਦਾਦ ਹੋਈ ਤਾਂ ਜ਼ਿੰਮੇਵਾਰ ਵਿਅਕਤੀਆਂ ਖਿਲਾਫ਼ ਕਾਨੂੰਨੀ ਕਾਰਵਾਈ ਕੀਤੀ ਜਾਵੇਗੀ। ਕਿੰਨੀ ਵਿਡੰਬਨਾ ਹੈ ਕਿ ਇੱਕ ਪਾਸੇ ਜਿੱਥੇ ਸਾਡੇ ਭਾਰਤੀ ਫੌਜ ਦੇ ਜਵਾਨ 1 ਜੂਨ ਤੋਂ ਸ਼ੁਰੂ ਹੋਣ ਵਾਲੀ ਸ਼੍ਰੀ ਹੇਮਕੁੰਟ ਸਾਹਿਬ ਦੀ ਯਾਤਰਾ ਲਈ ਕੜੀ ਮਿਹਨਤ ਕਰਕੇ ਰਸਤਾ ਸਾਫ਼ ਕਰ ਰਹੇ ਨੇ, ਉੱਥੇ ਪਾਕਿਸਤਾਨ ਵਿੱਚ ਇਤਿਹਾਸਕ ਇਮਾਰਤ ਨੂੰ ਜ਼ਮੀਂਦੋਜ਼ ਕੀਤਾ ਜਾ ਰਿਹਾ, ਜੋ ਵਾਕਈ ਸ਼ਰਮਨਾਕ ਹੈ। ਬਿਊਰੋ ਰਿਪੋਰਟ, ਡੇਲੀ ਪੋਸਟ, ਪੰਜਾਬੀ। ਕੈਨੇਡਾ ਸਟੂਡੈਂਟ ਵੀਜ਼ਾ ਤੇ ਜਾਣ ਵਾਲਿਆਂ ਲਈ ਹੁਣ ਖਾਸ ਖੁਸ਼ਖਬਰੀ, GIC ਦੀ ਫੀਸ ਨਹੀਂ ਵੱਧ ਰਹੀ। ਇਫੈਕਟਿਵ 1 ਅਪ੍ਰੈਲ ਤੋਂ GIC ਦੀ ਫੀਸ 10,200 ਹੀ ਰਹੇਗੀ। ਸੋ ਜੇ ਤੁਸੀਂ ਸਪਟੈਂਬਰ ਜਾਂ ਜਨਵਰੀ ਸੈਸ਼ਨ ਲਈ ਕੈਨੇਡਾ ਸਟੂਡੈਂਟ ਵੀਜ਼ੇ ਤੇ ਜਾਣਾ ਚਾਹੁੰਦੇ ਹੋ ਤੇ ਅੱਜ ਹੀ ਕਾਲ ਕਰੋ 9253 9563।